करिए निर्मल कुरे, रब ने बड़ा ही माड़ा कीता है। मैनू तो यही नहीं समझ आती है की करिए किधर नु जाइए हुण। मैं तो ये सोच दिया कि मैं गल गैवी नु कैसे दसांगी, वो तो रंजीत सिंह दा करदा ही बड़ा सी। वो तो ता एक खबर सुन के उन्हें रुक भी नहीं होना हुण। ना मासी ना, अपा इदा नहीं करना। रब ने जिहड़ी साडे ते भीड़ पाई है ओनू असी तां किसी तरह चर लांगे, पर उस बेचारे दा की बनूंगा जिहड़ा परदेसां च कल्ला बैठा। ओनू तां कोई चुप कराउण वाला भी नहीं होना। मासी गैवी ना कोई गल ना करी। मैं रावी नूं वी कह दित्ता जो फोन आवे तो कुछ ना दसो। ना दिए ना, हुण तां तैनूं सबर करना ही पैणा दिए, सबर करना ही पैणा। चंगा भाई मैं चलदी आं हुण, फेर गेड़ा मारूंगी। हे सच्चे पातशाह, तू ही पीड़ पाई है, तू ही दूर करनी है। वाह गुरु वाह गुरु। हाय ओए वेख क्या पे पै गए। वे दुश्मना दिया था नजर आई खा गई। की हो गया, कीनू नजर खा गई, कित्थों आया करती है। वे गैवी दे सोरिया करो आईया, निर्मल कौर ता बैठी है पूड़िया पाके, वे अग्गा लग गई आ, खून खराबे हो गए उथे, उन्ना दा मुंडा उदय पुलिस ने फड़ लिया। ओए पलिए मानसे, ए खबर ता सारे इलाके नु पता होया करती है, सारे दुख मनाउंदे है। तू अज बकरा ही राह क्यों लापन लगी है। वे मुकदमे चलन गे, तरीका पैण गया, उन्ना दा सारा कुछ ता पुलिस वालिया ने ते वकीला ने खा जाना। ਹੁਣ ਮੈਨੂੰ ਉਥੋ ਕੁਝ ਨੀ ਲੱਭਣਾ। ਸ਼ਾਬਾਸ਼ ਸ਼ਾਬਾਸ਼ ਮਾਂ ਦੀ ਧੀਏ, ਅਗਲਿਆਂ ਦਾ ਇੱਕ ਪੁੱਤ ਕਤਲ ਹੋ ਗਿਆ, ਦੂਜਾ ਜੇਲ੍ਹ ਜਾ ਬੈਠਾ, ਤੈਨੂੰ ਆਪਣੇ ਲਾਲਚ ਦੀ ਪਈ ਹੈ। ਵੇ ਪਵੇ ਨਾ, ਉਹਨਾਂ ਦੀਆਂ ਤਾਂ ਕੋਠੀਆਂ ਜ਼ਮੀਨਾਂ ਸਭ ਵਿਕ ਜਾਣੀਆਂ ਨੇ, ਉਹਨਾਂ ਦੇ ਪੱਲੇ ਤਾਂ ਰਹਿਣਾ ਹੀ ਕੱਖ ਨੀ, ਤੇ ਮੇਰੇ ਪੁੱਤ ਨੂੰ ਦਾਜ ਮਿਲਣਾ ਕੱਖ ਨੀ। ਓਏ ਹੋਏ, ਉਹ ਕਿਵੇਂ ਸਮਝਾਵਾਂ ਤੈਨੂੰ ਪਟਵਾਰੀ ਦੀ ਧੀਏ, ਕੀ ਕਰਾਂ ਮੈਂ ਤੇਰਾ। ਇਹੋ ਜੇ ਮਾੜੇ ਟਾਈਮ ਰਿਸ਼ਤੇਦਾਰਾਂ ਦੇ ਨਾਲ ਖੜਿਆ ਕਰਦੇ ਆ। ਆ ਦੇਖ ਮੇਰੀ ਤਾਂ ਸਲਾਹ ਹੈ ਵੀ ਆਪਾਂ ਗੈਵੀ ਨੂੰ ਫੋਨ ਕਰ ਦਿੰਦੇ ਆ, ਕੁਛ ਦਿਨਾਂ ਲਈ ਆ ਜਾਊਗਾ। ਓਏ ਜਾ ਓਏ ਚੁੱਡੂਆ, ਜਿੱਡਾ ਤੇਰਾ ਕੱਦ ਓਡੀ ਤੇਰੀ ਅਕਲ, ਨਾ ਮੇਰੇ ਪੁੱਤ ਨੇ ਇੱਥੇ ਆ ਕੇ ਉਹਨਾਂ ਲਈ ਡਾਂਗਾ ਚਲਾਉਣੀਆਂ ਨੇ। ਓ ਮੈਂ ਤਾਂ ਵਿੰਗ ਟੇਡ ਪਾ ਕੇ ਉਹਨਾਂ ਦੇ ਦਿਮਾਗ 'ਚ ਇਹ ਬਿਠਾ ਕੇ ਆਈ ਆ ਕਿ ਉਹ ਮੇਰੇ ਪੁੱਤ ਨੂੰ ਫੋਨ ਤੇ ਕੁਝ ਵੀ ਨਾ ਦੱਸਣ। ਓਏ ਓਏ ਆਪਣੇ ਦਿਮਾਗ ਨੂੰ ਸਿੱਧੀ ਰਾਹ ਤੇ ਪਾ, ਦੇਖ ਰਣਜੀਤ ਸਿੰਘ ਦਾ ਕਿੰਨਾ ਪਿਆਰ ਸੀ ਗੈਵੀ ਨਾਲ, ਉਹਨਾਂ ਕੀ ਕੁਝ ਨਹੀਂ ਕੀਤਾ ਉਹਦੇ ਲਈ, ਤੇ ਤੂੰ ਕਹਿੰਦੀ ਆ ਫੋਨ ਵੀ ਨਾ ਕਰੇ। ਓਏ ਚੁੱਪ ਕਰ ਜਾ, ਚੁੱਪ ਕਰ ਜਾ, ਨਾ ਬੋਲੀ ਜਾ, ਓਏ ਨਾ ਨੂੜ ਪਾਈ ਜਾ ਮੇਰੇ ਚਕਮਾ ਤੇ, ਵੇ ਦਿਮਾਗ ਖਰਾਬ ਤੇਰਾ। ਜਗੀਰ ਕੁਰੇ ਨਿਕਲ ਗਿਆ ਨਾ ਤੇਰੇ ਪੈਰ ਥੱਲਿਓਂ ਬਟੇਰਾ। ਕੱਖ ਨਾ ਰਵੇ ਤੇਰਾ, ਤੈਨੂੰ ਲੜਨ ਕੱਕੀਆਂ ਕੀੜੀਆਂ। ਓਏ ਚੈੱਕ ਤੇਰਾ ਹੁਣ ਮੈਂ ਵੀ ਕੈਸ਼ ਨਹੀਂ ਹੋਣ ਦੇਣਾ ਬੀਬੀ, ਬਣਨ ਤੋਂ ਪਹਿਲਾਂ ਹੀ ਰੁੜ ਗਈਆਂ ਨਾ ਪ੍ਰਧਾਨਗੀਆਂ। ਵੇ ਦਫਾ ਹੋ ਜਾ ਥੇ ਹੁਣਿਆ, ਕੈਦ ਹੋਵੇ ਤੈਨੂੰ, ਤੂੰ ਸੜੇ ਮੁੱਕੇ ਕਿਸੇ ਜੇਲ੍ਹ ਚ। ਕੋੜੀ ਨਾ ਮੱਝ ਤੇ ਮਸਿਆ, ਹੁਣ ਨਾ ਪਰਦੇ ਕੱਚ, ਖੁੱਲ ਕੇ ਬੋਲ ਮਸਿਆ ਖੁੱਲ ਕੇ। ਵੇ ਕੀ ਬੁਝਾਰਤਾ ਪਾਈ ਜਾਣਾ ਹੈ, ਬੱਕ ਕੀ ਬੱਕਦਾ। ਆਏ ਹਾਏ 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 ਹਾਏ, ਬਈ ਬੜਾ ਅਫਸੋਸ ਹੋਇਆ ਤੇਰੇ ਕੁੜਮਾ ਦੀ ਬਰਬਾਦੀ ਸੁਣ ਕੇ। ਪੰਜਾਬ ਦੇ ਲੋਕ ਜਾਂ ਤਾਂ
ਵਿਆਹ ਸ਼ਾਦੀਆਂ ਤੇ ਬਰਬਾਦ ਹੁੰਦੇ ਆ ਜਾਂ ਫਿਰ ਮੁਕੱਦਮਿਆਂ ਤੇ। ਵਿਆਹ ਦੀ ਸੁੱਖੀ ਸਾਂਦੀ ਨੌਬਤ ਕੋਈ ਨੀ ਆਈ ਤੇ ਮੁਕੱਦਮਿਆਂ ਨੇ ਤੇਰੇ ਕੁੜਮਾਂ ਦਾ ਰਹਿਣ ਕੁਛ ਨੀ ਦਿੱਤਾ। ਮੇਰੀ ਜੁੱਤੀ ਨੂੰ ਮੈਨੂੰ ਕੀ ਦੱਸ ਰਿਹਾ? ਦੱਸ ਨੀ ਰਿਹਾ ਬੀਬੀ, ਪੁੱਛ ਰਿਹਾ ਹੁਣ ਮੇਰੀ ਪੱਪੀ ਬਾਰੇ ਕੀ ਖਿਆਲ ਹੈ। ਦੁਰ ਫੇਟੇ ਮੂੰਹ ਤੇਰੇ ਦੋਵਾਂ ਦੇ ਬੀਬੀ, ਦੋਵਾਂ ਦੇ। ਚਾਰ ਇੱਟਾਂ ਰਹਿ ਗਈਆਂ ਕੋਠੀ ਦੀਆਂ, ਉਹ ਵੀ ਕਈਆਂ ਸਮਝ। ਵਿਆਹ ਉਹ ਵੀ ਰਾਵੀ ਨਾਲ? ਨਾ 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 ਨਾ, ਉਹਨਾਂ ਭੁੱਖਾ ਨੰਗਾ ਦੇ ਮੈਂ ਨੀ ਵਿਆਹਣਾ ਆਪਣੇ ਪੁੱਤ ਨੂੰ। ਹੁਣ ਤਾਂ ਤੋਤਾ ਸਿਆ ਕੋਈ ਇਹੋ ਜਿਹਾ ਘਰ ਲੱਭ ਜਿੱਥੇ ਕੁੜੀ ਵੀ ਸੋਹਣੀ ਮਿਲੇ ਤੇ ਆ ਕੇ ਮੇਰਾ ਘਰ ਵੀ ਭਰ ਦੇ, ਸਾਰਾ ਇਲਾਕਾ ਅੱਡੀਆਂ ਚੱਕ ਚੱਕ ਵੇਖੇ। ਘਰ ਤਾਂ ਬੀਬੀ ਜੀ ਮੈਂ ਲੱਭ ਲਿਆ, ਕੁੜੀ ਪੜ੍ਹੀ ਲਿਖੀ ਮੈਂ ਮਾਰ ਗਈ, ਸੋਹਣੀ ਸੁਨੱਖੀ ਅਮੀਰ ਪਿਓ ਦੀ ਕੱਲੀ ਕੱਲੀ ਧੀ, ਸਮਾਨ ਟਰੱਕ ਭਰ ਭਰ ਕੇ ਨਾਲ ਵੱਡੀ ਗੱਡੀ, ਨਗਦ ਜੋ ਤੂੰ ਮੂੰਹ ਹੋ ਗਏ। ਵੇ ਤੇਰੇ ਮੂੰਹ ਚ ਕਿਉਂ ਸ਼ੱਕਰ ਤੋਂ ਦੱਸਿਆ? ਆਪਾਂ ਆਪਾਂ ਕਦੋਂ ਚੱਲੀਏ ਉੱਥੇ? ਆਪਾਂ ਨੂੰ ਬੀਬੀ ਜੀ ਉਹਨਾਂ ਦੇ ਘਰੇ ਜਾਣ ਦੀ ਕੀ ਲੋੜ ਹੈ, ਕੁੜੀ ਦਾ ਪਿਓ ਤਾਂ ਆਪ ਆਊ ਚੱਲ ਕੇ ਸਾਡੇ ਘਰੇ, ਨਾਲੇ ਕੁੜੀ ਲੈ ਕੇ ਆਊ। ਕੁੜੀ ਤੇ ਵੀ ਮਾੜੀ ਜੀ ਨਜ਼ਰ ਮਾਰ ਲਈ, ਨਾਲ ਦਾਜ ਵਾਲੀ ਲਿਸਟ ਵੀ ਬਣਾ ਦੇ। ਨਾ ਬੀਬੀ ਜੀ ਮੇਰਾ ਵੀ ਖਿਆਲ ਰੱਖਿਓ। ਵੇ ਤੈਨੂੰ ਨਿਹਾਲ ਕਰ ਦੂ ਤੋਤਾ ਸਿਆ, ਪਟਵਾਰੀ ਦੀ ਧੀਆਂ ਕੋਈ ਮਖੌਲ ਨਹੀਂ। ਹੁਣ ਤਾਂ ਲੱਡੂ ਖਾਣਾ ਬਣਦਾ, ਲੈ ਦੱਸ ਖਾ ਲੈ ਖਾ ਲੈ।